ਹਰ ਸ਼ਨੀਚਰਵਾਰ ਨੂੰ ਜਿਹੜਾ ਹੈਗਾ ਹੈ ਸਫਾਈ ਮੁਹਿੰਮ ਦੇ ਤਹਿਤ ਪੂਰੇ ਹਸਪਤਾਲ ਦੀ ਸਫਾਈ ਕਰਾਉਣੀ ਹੈ, ਹਸਪਤਾਲ ਨੂੰ ਸਾਫ ਸੁਥਰਾ ਤੇ ਬਿਲਕੁਲ ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਅਸੀਂ ਚਮਕਦਾ ਰੱਖੀਏ। ਇਸ ਵਾਸਤੇ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਥਾਂ ਥਾਂ ਦੇ ਉੱਤੇ ਅਸੀਂ ਡਸਟਬਿਨ ਰੱਖੇ ਹੋਏ ਨੇ, ਕਿਰਪਾ ਕਰਕੇ ਜਿਹੜਾ ਹੈਗਾ ਉਹ ਡਸਟਬਿਨਾਂ ਦੀ ਵਰਤੋਂ ਕੀਤੀ ਜਾਵੇ। ਤੇਰੇ ਕੱਪੜੇ ਵਗੈਰਾ ਉਹ ਵਾਸ਼ਰੂਮਾਂ ਦੇ ਵਿੱਚ ਖਾਸ ਤੌਰ 'ਤੇ ਟੋਇਲਟ ਦੇ ਛਿੜ ਜਾਂਦੇ ਨੇ, ਜਿਹਦੇ ਨਾਲ ਫਲੱਸ਼ ਬੰਦ ਹੋ ਜਾਂਦੀ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ ਸਿਆਣੇ। ਕਹਿੰਦੇ ਆ ਸਰਕਾਰਾਂ ਚਾਹੇ ਕੁਛ ਵੀ ਕਰਨ ਪਰ ਅਧਿਕਾਰੀ ਨੇ ਜਿਹੜੇ ਕੰਮ ਕਰਨ ਵਾਲੇ ਨੇ, ਜੇ ਅਗਰ ਉਹਨਾਂ ਦੀ ਮਨਸ਼ਾ ਸਹੀ ਹੋਵੇ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਜਾਂ ਕਿਸੇ ਵੀ ਕਾਰਜਗੁਜ਼ਾਰੀ ਨੂੰ ਚਲਾ ਸਕਦੇ ਨੇ। ਜੇ ਬਠਿੰਡਾ ਸਿਵਲ ਹੋਸਪਿਟਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਸਮੇਂ ਵਿਵਾਦ ਵੀ ਇਹਦੇ ਨਾਲ ਜੁੜਦੇ ਰਹੇ ਆ, ਪਰ ਹੁਣ ਨਵੇਂ SMO ਡਾਕਟਰ ਗੁਰਮੇਲ ਸਿੰਘ ਇੱਥੇ ਚਾਰਜ ਲਿਆ ਉਹਨਾਂ ਨੇ, ਅਤੇ ਸ਼ਨੀਵਾਰ ਨੂੰ ਉਹਨਾਂ ਨੇ ਦੱਸਿਆ ਕਿ ਸਫਾਈ ਅਭਿਆਨ ਚਲਾਇਆ ਗਿਆ। ਉਹਨਾਂ ਨੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ, ਜਿੱਥੇ ਉਹਨਾਂ ਨੇ ਕਿਹਾ ਕਿ ਹਰ ਸ਼ਨੀਵਾਰ ਸਾਡੇ ਵੱਲੋਂ ਸਿਵਲ ਪੂਰੇ ਸਿਵਲ ਹੋਸਪਿਟਲ ਦੀ, ਇੱਥੋਂ ਤੱਕ ਕਿ ਪੂਰੇ ਜ਼ਿਲ੍ਹੇ 'ਚ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਰਕਾਰੀ ਹੋਸਪਿਟਲ ਆ ਇਹ ਸਫਾਈ ਦੇ ਮਾਮਲੇ 'ਚ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਹੋਣੇ ਚਾਹੀਦੇ ਆ, ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜੀ ਗੰਦਗੀ ਆ ਉਹਦਾ ਸਾਹਮਣਾ ਨਾ ਕਰਨਾ ਪਵੇ। ਅਤੇ ਅੱਜ ਡਾਕਟਰ ਗੁਰਮੇਲ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਨੀਵਾਰ ਨੂੰ ਅਸੀਂ ਸਫਾਈ ਅਭਿਆਨ ਚਲਾਉਂਦੇ ਹਾਂ ਅਤੇ ਸਫਾਈ ਅਭਿਆਨ ਕਰਕੇ ਹੀ ਅਸੀਂ ਚਾਹੁੰਦੇ ਹਾਂ, ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਪੇਸ਼ੈਂਟ ਮਰੀਜ਼ਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਦੋਂ ਕੋਈ ਵੀ ਤੁਸੀਂ ਇੱਥੇ ਪੇਸ਼ੈਂਟ ਲੈ ਕੇ ਆਉਂਦੇ ਹਾਂ ਤਾਂ ਉਹ ਕਈ ਵਾਰੀ ਦੇਖਿਆ ਕਿ ਲੀੜੇ ਕੱਪੜੇ ਵਾਸ਼ਰੂਮ ਦੇ ਵਿੱਚ ਛੱਡ ਦਿੰਦੇ ਆ ਜਾਂ ਟੋਇਲਟ ਦੇ ਵਿੱਚ ਛੱਡ ਦਿੰਦੇ, ਜਿਸ ਨਾਲ ਸੀਵਰੇਜ ਬੰਦ ਹੋ ਜਾਂਦਾ, ਨਾਲ ਹੀ ਉਹ ਜਿਹੜੇ ਬਰਤਨ ਆ ਉਹ ਧੋਣ ਦਿੰਦੇ ਅਤੇ ਦਾਲ ਸਬਜ਼ੀ ਵੀ ਉੱਥੇ ਡੋਲ ਦਿੰਦੇ। ਉਹਨਾਂ ਨੇ ਅਪੀਲ ਕੀਤੀ ਕਿ ਜਿੱਥੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਹਸਪਤਾਲ ਵੱਲੋਂ ਸਫਾਈ ਅਭਿਆਨ ਚਲਾਇਆ ਪਿਆ ਉੱਥੇ ਉਹਨਾਂ ਨੇ ਮਰੀਜ਼ਾਂ ਨੂੰ ਅਤੇ ਮਰੀਜ਼ਾਂ ਦੇ ਨਾਲ ਜਿਹੜੇ ਆਏ ਨੇ ਉਹਨਾਂ ਦੇ ਸਹਿਯੋਗੀ ਉਹਨਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਵੀ ਸਫਾਈ ਦਾ ਧਿਆਨ ਰੱਖੋ ਅਤੇ ਆਪਾਂ ਰਲ ਮਿਲ ਕੇ ਪੂਰੇ ਹਸਪਤਾਲ ਨੂੰ ਸਫਾਈ ਰੱਖੀਏ। ਦੂਸਰੇ ਪਾਸੇ ਸਫਾਈ ਕਰਮਚਾਰੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਆ, ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਹਾਂ ਵੀ ਕਿਵੇਂ ਉਹ ਜਿਹੜਾ ਹੋਸਪਿਟਲ ਨੂੰ ਸਾਫ਼ ਕਰ ਰਹੇ ਨੇ, ਉਹਨਾਂ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਿਵਲ ਹੋਸਪਿਟਲ ਵਿੱਚ ਸਫਾਈ ਦਾ ਕੰਮ ਕਰਦੇ ਹਾਂ, ਤਕਰੀਬਨ 20 ਸਾਲ ਹੋ ਗਏ ਨੇ ਸਾਨੂੰ, ਪਰ ਅਸੀਂ ਨਿਗੂਣੀਆਂ ਜਿਹੀਆਂ ਤਨਖਾਹਾਂ ਸਰਕਾਰ ਵੱਲੋਂ 10,000 ਰੁਪਇਆ ਦਿੱਤੀਆਂ ਜਾਂਦੀਆਂ, 10,000 ਰੁਪਏ ਨਾਲ ਅੱਜ ਦੇ ਸਮੇਂ ਵਿੱਚ ਜਿਹੜਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਆ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਬੇਸ਼ੱਕ ਸਰਕਾਰ ਸਾਨੂੰ ਪੱਕੇ ਨਾ ਕਰੇ ਪਰ ਅਗਰ ਸਾਨੂੰ ਕਾਰਪੋਰੇਸ਼ਨ ਦੇ ਅੰਡਰ ਲਿਆ ਜਾਵੇ ਤਾਂ ਕਿ ਸਾਡੇ ਜਿਹੜਾ ਜ਼ਿੰਦਗੀ ਆ ਜਿਹੜੀ ਸਹੀ ਗੁਜ਼ਰ ਬਸਰ ਕਰ ਸਕੇ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਸਾਡੇ ਕੋਲ ਸਫਾਈ ਦਾ ਕੰਮ ਆ ਉੱਥੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਆ ਜਾਂ ਮਰੀਜ਼ ਜ਼ਿਆਦਾ ਹੋ ਜਾਂਦੇ ਨੇ ਅਤੇ ਅਸੀਂ ਉਹਨਾਂ ਦੀ ਹੈਲਪ ਵੀ ਕਰਦੇ ਹਾਂ, ਕਿਸੇ ਨੂੰ ਕੋਈ ਚੀਜ਼ ਫੜਾਉਣੀ ਹੁੰਦੀ ਆ, ਕਿਸੇ ਨੂੰ ਪਾਣੀ ਦਾਣੀ ਫੜਾਉਣਾ ਹੁੰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਰਿਸਕ ਵੀ ਆ ਕਿਉਂਕਿ ਕਈ ਵਾਰੀ ਬਲੱਡ ਬਹੁਤ ਸਾਰਾ ਡੁੱਲ ਜਾਂਦਾ, ਕਿਉਂਕਿ ਖਾਸ ਕਰ ਐਮਰਜੈਂਸੀ ਦੇ ਵਿੱਚ ਬਹੁਤ ਸਾਰੇ ਮਰੀਜ਼ ਇਸ ਤਰ੍ਹਾਂ ਦੇ ਆਉਂਦੇ ਨੇ ਅਤੇ ਜਿਨ੍ਹਾਂ ਨਾਲ ਸਾਡਾ ਜਿਹੜਾ ਇੱਕ ਰਿਸਕ ਵੀ ਆ। ਇਸ ਲਈ ਸਾਨੂੰ ਜਿਹੜੀ ਤਨਖਾਹਾਂ ਵਧਾਉਣੀਆਂ ਚਾਹੀਦੀਆਂ। ਸਰਕਾਰ ਠੇਕੇਦਾਰੀ ਸਿਸਟਮ ਬੇਸ਼ੱਕ ਸਰਕਾਰਾਂ ਪਿਛਲੇ ਲੰਬੇ ਸਮੇਂ ਤੋਂ ਵਾਅਦੇ ਅਤੇ ਦਾਅਵੇ ਕਰਦੀਆਂ ਨੇ ਵੀ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਪੱਕੇ ਕਰ ਦਾਂਗੇ, ਇਸ ਨਾਲ ਠੇਕੇਦਾਰੀ ਖਤਮ ਕਰ ਦਾਂਗੇ, ਪਰ ਸੱਤਾ ਤੋਂ ਆਉਣ ਤੋਂ ਬਾਅਦ ਵਿੱਚ ਉਹੀ ਚੱਲਦਾ ਰਹਿੰਦਾ ਅਤੇ ਮੁੜ ਕੇ ਉਹ ਕਿਸੇ ਦੀ ਵੀ ਬਾਤ ਨਹੀਂ ਪੁੱਛਦੇ। ਸਫਾਈ ਅਭਿਆਨ ਸ਼ਨੀਵਾਰ ਨੂੰ, ਹਰ ਸ਼ਨੀਵਾਰ ਜੇ ਆਪਾਂ ਕਹਿ ਦਈਏ ਸਿਵਲ ਹੋਸਪਿਟਲ ਬਠਿੰਡਾ ਵਿੱਚ, ਡਾਕਟਰ SMO ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਚਲਾਇਆ ਜਾ ਰਿਹਾ ਅਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਜਿਹੜੇ ਸਫਾਈ ਆ ਉਹ ਸਿਵਲ ਹਸਪਤਾਲ ਵਿੱਚ ਵੀ ਹੋਣੀ ਚਾਹੀਦੀ ਹੈ। ਨਾਲ ਹੀ ਜਿਹੜੇ ਉਹ ਸਫਾਈ ਕਰਮਚਾਰੀ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਕੀ ਕਹਿੰਦੇ ਨੇ ਉਹ, ਆਓ ਸੁਣਦੇ ਹਾਂ। ਮੇਰਾ ਨਾਂ ਡਾਕਟਰ ਗੁਰਮੇਲ ਸਿੰਘ ਹੈ, ਮੈਂ ਜ਼ਿਲ੍ਹਾ ਹਸਪਤਾਲ ਬਠਿੰਡਾ ਦਾ ਸੀਨੀਅਰ ਮੈਡੀਕਲ ਆਫੀਸਰ ਹਾਂ। ਅੱਜ ਸ਼ਨੀਚਰਵਾਰ ਹੋਣ ਕਰਕੇ ਅਸੀਂ ਹਰ ਸ਼ਨੀਚਰਵਾਰ ਨੂੰ ਜਿਹੜਾ ਹੈਗਾ ਸਫਾਈ ਮੁਹਿੰਮ ਦੇ ਤਹਿਤ
ਪੂਰੇ ਹਸਪਤਾਲ ਦੀ ਸਫਾਈ ਕਰਾਉਣੀ ਹੈ। ਉਹਦੇ 'ਚ ਵੱਖ ਵੱਖ ਵਾਰਡ, ਸਾਡਾ ਬਲੱਡ ਬੈਂਕ, ਸਾਰੇ ਵਾਸ਼ਰੂਮ, ਕੰਧਾਂ ਅਤੇ ਪੌੜੀਆਂ ਵਗੈਰਾ, ਰੈਂਪ, ਉਹ ਸਾਰੇ ਕੱਚ ਦੀ ਸਫਾਈ ਕੀਤੀ ਜਾਂਦੀ ਹੈ। ਸਾਡਾ ਮਕਸਦ ਪੂਰੇ ਜ਼ਿਲ੍ਹੇ ਦੀ ਸਫਾਈ ਕਰਨ ਦਾ ਹੁੰਦਾ ਹੈ ਤਾਂ ਕਿ ਇਸ ਸਫਾਈ ਮੁਹਿੰਮ ਦੇ ਨਾਲ ਲੋਕ ਲਗਾਤਾਰ ਜੁੜੇ ਰਹਿਣ ਅਤੇ ਹਸਪਤਾਲ ਨੂੰ ਸਾਫ਼ ਸੁਥਰਾ ਅਤੇ ਬਿਲਕੁਲ ਪ੍ਰਾਈਵੇਟ ਹਸਪਤਾਲਾਂ ਦੀ ਤਰ੍ਹਾਂ ਅਸੀਂ ਚਮਕਦਾ ਰੱਖੀਏ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਦੋਂ ਵੀ ਇਸ ਤਰ੍ਹਾਂ ਦੀ ਸਫਾਈ ਮੁਹਿੰਮ ਅਸੀਂ ਚਲਾਉਂਦੇ ਹਾਂ, ਵੈਸੇ ਤਾਂ ਹਰ ਰੋਜ਼ ਹੀ ਉਹਨਾਂ ਨੂੰ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਪਰ ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਸਹਿਯੋਗ ਦੀ ਸਾਨੂੰ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਜਦੋਂ ਸਾਡੇ ਸਫਾਈ ਕਰਮਚਾਰੀ ਸਫਾਈ ਕਰਦੇ ਨੇ, ਕਈ ਵਾਰੀ ਪੋਚੇ ਗਿੱਲੇ ਹੁੰਦੇ ਨੇਗੇ ਜਾਂ ਉਹ ਕੂੜਾ ਇਕੱਠਾ ਕਰ ਰਹੇ ਹੁੰਦੇ ਨੇ, ਉਦੋਂ ਜੇਕਰ ਲੋਕਾਂ ਦੀ ਆਵਾਜਾਈ ਵੱਧ ਜਾਂਦੀ ਹੈ ਤਾਂ ਉਹਦੇ ਨਾਲ ਕੰਮ ਦੇ ਵਿੱਚ ਵਿਘਨ ਪੈਂਦਾ ਹੈਗਾ। ਮੈਂ ਇਸ ਵਾਸਤੇ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਥਾਂ ਥਾਂ ਦੇ ਉੱਤੇ ਅਸੀਂ ਡਸਟਬਿਨ ਰੱਖੇ ਹੋਏ ਨੇ, ਕਿਰਪਾ ਕਰਕੇ ਜਿਹੜਾ ਹੈਗਾ ਉਹ ਡਸਟਬਿਨਾਂ ਦੀ ਵਰਤੋਂ ਕੀਤੀ ਜਾਵੇ ਅਤੇ ਆਪਦਾ ਜੋ ਵੀ ਸਮਾਨ ਉਹਨਾਂ ਨੇ ਖਾਣ ਪੀਣ ਦਾ ਜਾਂ ਕੋਈ ਹੋਰ ਕੂੜਾ ਕਰਕਟ ਹੈ ਉਹ ਬਕਾਇਦਾ ਡਸਟਬਿਨਾਂ ਦੇ ਵਿੱਚ ਹੀ ਸੁੱਟਿਆ ਜਾਵੇ, ਉਹ ਉੱਪਰ ਲਈ ਨਾ ਸੁੱਟਿਆ ਜਾਵੇ। ਹਾਂ, ਇਹ ਇੱਕ ਬੜੀ ਵੱਡੀ ਸਮੱਸਿਆ ਹੈ ਕਿ ਖਾਸ ਤੌਰ ਉੱਤੇ ਪਿੰਡਾਂ 'ਚ ਆਉਣ ਵਾਲੀਆਂ ਬੀਬੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਕੱਪੜੇ ਧੋਣ ਦਾ ਵੀ ਸਿਲਸਿਲਾ ਸਟਾਰਟ ਕਰ ਦਿੰਦੀਆਂ ਅਤੇ ਕਈ ਵਾਰੀ ਰੋਟੀ ਖਾਣ ਤੋਂ ਬਾਅਦ ਰੋਟੀ ਵਾਲੇ ਜਿਹੜੇ ਭਾਂਡੇ ਆ ਦਾਲ ਸਬਜ਼ੀ ਵਾਲੇ ਉਹ ਵੀ ਸਾਡੇ ਸਿੰਕਾਂ ਦੇ ਵਿੱਚ ਧੋਤੇ ਜਾਂਦੇ ਨੇਗੇ ਅਤੇ ਕਈ ਵਾਰੀ ਕੱਪੜੇ ਵਗੈਰਾ ਉਹ ਵਾਸ਼ਰੂਮਾਂ ਦੇ ਵਿੱਚ ਖਾਸ ਤੌਰ 'ਤੇ ਟੋਇਲਟ 'ਤੇ ਸਿੱਟ ਜਾਂਦੇ ਨੇਗੇ ਜਿਹਦੇ ਨਾਲ ਫਲੱਸ਼ ਬੰਦ ਹੋ ਜਾਂਦੀ ਹੈਗੀ ਅਤੇ ਕਾਫੀ ਗੰਦਗੀ ਫੈਲ ਜਾਂਦੀ ਹੈਗੀ। ਲੋਕ ਸਹਿਯੋਗ ਕਰਨਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਅਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਆਪਦੀ ਜੇ ਇਸੇ ਹਿੰਮਤ ਨਾਲ ਲੱਗੇ ਰਹੇ ਤਾਂ ਲੋਕ ਆਪਣੇ ਆਪ ਹੀ ਸਾਡਾ ਸਾਥ ਦੇਣ ਲੱਗ ਜਾਣਗੇ। ਮੇਰਾ ਨਾਮ ਸਿਮਰਜੀਤ ਕੌਰ ਆ, ਮੈਂ ਸਿਵਲ ਹੋਸਪਿਟਲ 'ਚ ਕੰਮ ਕਰਦੀ ਹਾਂ। ਸਾਨੂੰ ਜੀ 20 ਸਾਲ ਹੋ ਗਏ ਕੰਮ ਕਰਦੇ। ਅਸੀਂ ਸਫਾਈ ਦਾ ਕੰਮ ਕਰਦੇ ਹਾਂ। ਜਦੋਂ ਮਰੀਜ਼ ਕੋਈ ਬਾਹਲੇ ਆ ਜਾਂਦੇ ਆ ਅਸੀਂ ਮੈਡਮਾਂ ਨਾਲ ਹੈਲਪ ਵੀ ਕਰਦੇ ਹਾਂ ਅਤੇ ਜਦੋਂ ਬਲੱਡ ਬਲੁੱਡ ਜ਼ਿਆਦਾ ਆ ਜਾਂਦਾ, ਜ਼ਿਆਦਾ ਬਿਮਾਰੀ ਵਾਲਾ ਆ ਜਾਂਦਾ ਤਾਂ ਸਾਨੂੰ ਵੀ ਇਹਦੇ 'ਚ ਰਿਸਕ ਵੀ ਆ ਅਤੇ ਸਾਡੀ ਸੇਵਾ ਵੀ। ਸਾਡੀ 8 ਘੰਟੇ ਡਿਊਟੀ ਹੈ ਜੀ ਅਤੇ 10,000 ਸੈਲਰੀ। ਖੁਸ਼ ਵੀ ਕੀ ਖੁਸ਼ ਹੈ ਜੀ, 10,000 'ਚ ਤਾਂ ਕੁਛ ਵੀ ਨਹੀਂ ਹੁੰਦਾ। ਹਾਂਜੀ ਸਰ, ਜੇ ਸਾਡਾ ਕੰਮ ਦੇਖਿਆ ਜਾਵੇ ਤਾਂ ਸਾਡੀ ਤਨਖਾਹ ਵੀ ਵਧਾਈ ਜਾ ਸਕਦੀ ਆ, ਪਰ ਸਰਕਾਰ ਨੂੰ ਸਾਡੇ ਬਾਰੇ ਕੁਛ ਨਹੀਂ ਦਿੱਤਾ। ਸਾਡੂ ਜੀ ਅਸੀਂ ਤਾਂ ਇਹੀ ਕਹਿੰਦੇ ਹਾਂ, ਸਾਡੀ ਤਾਂ ਇਹੀ ਮੰਗ ਹੈ ਵੀ ਸਾਨੂੰ ਨਾ ਪੱਕੇ ਤਾਂ ਸਾਨੂੰ ਕਾਰਪੋਰੇਸ਼ਨ ਦੇ ਅੰਡਰ ਲਿਆ ਜਾਵੇ ਅਤੇ ਸਾਡੀ ਤਨਖਾਹ ਵਧਾਈ।